ਡਾਕਟਰ ਸਰੂਪ ਸਿੰਘ ਮਰਵਾਦੀ ਪੁਸਤਕ ਚਿੰਤਾ ਰੋਗ ਕਾਰਨ ਤੇ ਉਪਾਅ ਦਾ ਅਗਲਾ ਲੇਖ ਤੁਹਾਡੀਆਂ 6 ਬੁਨਿਆਦੀ ਲੋੜਾਂ ਦਾ ਦੂਸਰਾ ਪਾਗ ਤੁਹਾਡੀ ਚੌਥੀ ਬੁਨਿਆਦੀ ਲੋੜ ਹੈ ਮਨੋਤ ਤੇ ਸ਼ਲਾਗਾ ਦੁਨੀਆ ਦੇ ਮਸ਼ਹੂਰ ਅਮਰੀਕਨ ਮਨੋਵਿਗਿਆਨੀ ਸਰ ਵਿਲੀਅਮ ਵੇਨ ਜੇਮਸ ਦਾ ਕਥਨ ਹੈ insani fitrat di ek vaddi te dungi khaishe hai ki odi shlaga hove eh vichar ki meri kise nu vi load nahi hai ਮਨੁੱਖ ਨੂੰ ਮਾਨਸਿਕ ਤੇ ਸਰੀਰਕ ਤੌਰ ਤੇ ਤਬਾਹ ਕਰ ਦਿੰਦਾ ਹੈ ਤੇ ਕਈ ਤਰ੍ਹਾਂ ਦੇ ਰੋਗ ਲਾ ਦਿੰਦਾ ਹੈ 1 of the deepest drives of human nature is the desire to be appreciated so william james ਹਰ ਮਨੁੱਖ ਚਾਹੁੰਦਾ ਹੈ ਉਹਦੇ ਕੰਮਾਂ ਦੀ ਸ਼ਲਾਘਾ ਹੋਵੇ ਖਾਸ ਕਰਕੇ ਉਹਨਾਂ ਵੱਲੋਂ ਜਿਨ੍ਹਾਂ ਲਈ ਉਹ ਮਿਹਨਤ ਕਰਦਾ ਹੈ ਹਰ ਕੋਈ ਚਾਹੁੰਦਾ ਹੈ ਕਿ ਲੋਕ ਉਹਨੂੰ ਪਸੰਦ ਕਰਨ ਉਹਦੀ ਸ਼ਲਾਘਾ ਹੋਵੇ ਨਿੰਦਿਆ ਨਾ ਹੋਵੇ ਇੱਜ਼ਤ ਹੋਵੇ ਬੇਇੱਜ਼ਤੀ ਨਾ ਹੋਵੇ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਆਦਮੀ ਚੰਗਾ ਭਲਾ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰ ਰਿਹਾ ਹੁੰਦਾ ਹੈ ਪਰ ਉਸਦੇ ਕੰਮ ਦੀ ਮਨੌਤ ਮਤਲਬ ਰੈਕਗਨਿਸ਼ਨ ਨਹੀਂ ਹੁੰਦੀ ਫਿਰ ਉਹ ਨਿਰਾਸ਼ ਹੋ ਕੇ ਉਸ ਕੰਮ ਨੂੰ ਛੱਡ ਦਿੰਦਾ ਹੈ ਕਿਸੇ ਬਨੁੱਖ ਦੇ ਉਤਸ਼ਾਹ ਤੇ ਆਸ਼ਾਵਾਂ ਨੂੰ ਖਤਮ ਕਰਨ ਲਈ ਸਭ ਤੋਂ ਵੱਡਾ ਤੇ ਮਾਰੂ ਹਥਿਆਰ ਇਹ ਹੈ ਕਿ ਉਹਦੇ ਕੰਮ ਦੀ ਮਨੌਤ ਨਾ ਹੋਵੇ ਤੇ ਨਾ ਹੀ ਸ਼ਲਾਗਾ ਕੀਤੀ ਜਾਏ ਚਿੱਤਰਕਾਰ ਆਪਣੀ ਤਸਵੀਰ ਦੀ ਕਦਰ ਚਾਹੁੰਦਾ ਹੈ ਜਿਹੜਾ ਉਹਦੀ ਤਸਵੀਰ ਦੀ ਕਦਰ ਨਹੀਂ ਕਰਦਾ ਉਹਨੂੰ ਆਪਣੀ ਤਸਵੀਰ ਮੁੱਲ ਤੇ ਵੀ ਨਹੀਂ ਦੇਣਾ ਚਾਹੁੰਦਾ ਪਰ ਜਿਹੜਾ ਕਦਰ ਕਰਦਾ ਉਹਨੂੰ ਮੁਫਤ ਵੀ ਦੇਣ ਨੂੰ ਤਿਆਰ ਹੈ ਭਾਰਤ ਦੇ ਇੱਕ ਮਹਾਨ ਤੇ ਪ੍ਰਸਿੱਧ ਚિત੍ਰਕਾਰ ਨੇ ਸਾਨੂੰ ਦੱਸਿਆ ਕਿ ਆਪਣੇ ਹੱਥ ਬਣੀਆਂ ਕਲਮੀ ਤਸਵੀਰਾਂ ਚਿੱਤਰ ਦੇ ਕਦਰਦਾਨਾਂ ਨੂੰ ਥੋੜੀ ਮੁੱਲ ਤੇ ਵੀ ਦੇ ਦਿੰਦਾ ਪਰ ਜਿਹੜਾ ਉਹਦੇ ਆर्ट ਦੀ ਕਦਰ ਨਹੀਂ ਕਰਦਾ ਉਹਨੂੰ ਉਹ ਕਿਸੇ ਮੁੱਲ ਤੇ ਵੀ ਨਹੀਂ ਦਿੰਦਾ ਆਪਣੇ ਕੰਮ ਦੀ ਕਦਰ ਤੇ ਸ਼ਲਾਘਾ ਦੀ ਇੱਛਾ ਰੱਖਣਾ ਇੱਕ ਕੁਦਰਤੀ ਚੀਜ਼ ਹੈ ਜੇ ਕਿਸੇ ਮਨੁੱਖ ਦੇ ਕੰਮ ਦੀ ਸ਼ਲਾਘਾ ਨਾ ਕੀਤੀ ਜਾਏ ਤਾਂ ਉਹ ਸਖਤ ਗਿਲਾ ਕਰਦਾ ਤੇ ਬੇਚੈਨ ਹੋ ਜਾਂਦਾ ਘਰ ਦੀ ਰਾਣੀ ਸਭ ਤੋਂ ਪਹਿਲਾਂ ਤੁਸੀਂ ਆਪਣੇ ਘਰ ਵਾਲੇ ਦਾ ਕੇਸ ਹੀ ਲੈ ਲਓ ਉਹ ਆਪਣੇ ਸਾਰੇ ਕੰਮ ਕਿੰਨੀ ਮਿਹਨਤ ਨਾਲ ਕਰਦੀ ਹੈ ਸਵੇਰ ਤੋਂ ਰਾਤ ਤੱਕ ਲਗਾਤਾਰ ਕੇ ਵੀ ਆਪਣੇ ਛੋਟੇ-ਮੋਟੀ ਕੰਮਾਂ 'ਚ ਜੁਟੀ ਰਹਿੰਦੀ ਹੈ ਘਰ ਨੂੰ ਬਣਾ ਸਵਾਰ ਕੇ ਰੱਖਦੀ ਹੈ ਘਰ ਦੀ ਸਫਾਈ ਬੱਚਿਆਂ ਨੂੰ ਨਹਾਉਣਾ ਸਕੂਲ ਲਈ ਤਿਆਰ ਕਰਨਾ ਕੱਪੜੇ ਧੋਣੇ ਪ੍ਰੈਸ ਕਰਨੇ ਪੁਰਾਣੇ ਕੱਪੜਿਆਂ ਦੀ ਮੁਰੰਮਤ ਕਰਨੀ ਰੋਟੀ ਪਕਾਉਣੀ ਹੋਰ ਕਈ ਅਣਗਿਣਤ ਛੋਟੇ-ਛੋਟੇ ਕੰਮ ਕਰਨੇ ਕੋਈ ਸੌਖੀ ਗੱਲ ਨਹੀਂ ਪਰ ਇਹ ਗੱਲ ਸਾਨੂੰ ਬੜੇ ਦੁੱਖ ਨਾਲ ਕਹਿਣੀ ਪੈਂਦੀ ਹੈ ਕਿ ਵਿਚਾਰੀਆਂ ਬਹੁਤ ਸਾਰੀਆਂ ਘਰ ਵਾਲੀਆਂ ਦੇ ਕੰਮਾਂ ਦੀ ਨਾ ਤਾਂ ਕਦਰ ਹੁੰਦੀ ਹੈ ਨਾ ਹੀ ਮਨੋਤ ਉਹਨਾਂ ਦੇ ਪਤੀ ਸਾਲ ਜੀ ਇੱਕ ਵਾਰੀ ਵੀ ਉਹਨਾਂ ਦੇ ਕੰਮਾਂ ਦੀ ਸ਼ਲਾਗਾ ਨਹੀਂ ਕਰਦੇ ਉਹ ਸਮਝਦੇ ਆ ਕਿ ਸਾਰੇ ਕੰਮ ਕਰਨੇ ਪਤਨੀ ਦਾ ਇੱਕ ਆਮ ਫਰਜ਼ ਹੈ ਤੇ ਇਹ ਕੋਈ ਖਾਸ ਜਾਂ ਵੱਖਰੀ ਸ਼ਲਾਗਾ ਯੋਗ ਗੱਲ ਨਹੀਂ ਬੱਚੇ ਵੀ ਘੱਟ ਹੀ ਆਪਣੀ ਮਾਤਾ ਦੀ ਸ਼ਲਾਗਾ ਕਰਦੇ ਹਨ ਉਹ ਵੀ ਇਹੀ ਸਮਝਦੇ ਆ ਕਿ ਸਭ ਕੁਝ ਕਰਨਾ ਮਾਤਾ ਦਾ ਇੱਕ ਆਮ ਫਰਜ਼ ਹੈ ਤੇ ਇਹ ਕੋਈ ਉਚੇਚੀ ਗੱਲ ਨਹੀਂ ਧੀ ਨੂੰ ਆਪਣੇ ਪਤੀ ਕੋਲੋਂ ਉਸ ਵੇਲੇ ਸੱਚੀ ਖੁਸ਼ੀ ਨਸੀਬ ਹੁੰਦੀ ਹੈ ਜਦੋਂ ਉਹਦਾ ਪਤੀ ਉਹਦੀ ਪੂਰੀ ਸ਼ਲਾਘਾ ਕਰਦਾ ਹੈ ਜੇ ਆਦਮੀ ਵਿਸ਼ਾਲ ਹਿਰਦੇ ਨਾਲ ਆਪਣੀ ਪਤਨੀ ਦੀ ਸ਼ਲਾਘਾ ਕਰੇ ਤਾਂ ਉਹਨੂੰ ਵੀ ਇਹਦੇ ਬਦਲੇ ਪਤਨੀ ਵੱਲੋਂ ਸੱਚਾ ਪਿਆਰ ਮਿਲਦਾ ਇੰਜ ਕਰਨ ਨਾਲ ਪਤਨੀ ਦਾ ਮਨ ਖੁਸ਼ ਤੇ ਸਿਹਤ ਚੰਗੀ ਰਹਿੰਦੀ ਹੈ ਹਰ ਇੱਕ ਇਹ ਸਮਝਦਾ ਕਿ ਘਰ ਚ ਸਫਾਈ ਆਪਣੇ ਆਪ ਹੀ ਹੋ ਜਾਂਦੀ ਹੈ ਜੋ ਚੀਜ਼ਾਂ ਇੱਧਰ ਉੱਧਰ ਡਿੱਗ ਟੈ ਪੈਂਦੀਆਂ ਆਪਣੇ ਆਪ ਹੀ ਟਿਕਾਣੇ ਜਾ ਲੱਗਦੀ ਐ ਕੱਪੜੇ ਵੀ ਆਪਣੇ ਆਪ ਹੀ ਧੁੱਪ ਕੇ ਤੇ ਪ੍ਰੈਸ ਹੋ ਕੇ ਟਰੰਕਾਂ 'ਚ ਜਾ ਪੈਂਦੇ ਐ ਉਹਨਾਂ ਨੂੰ ਕਦੇ ਖਿਆਲ ਹੀ ਨਹੀਂ ਆਉਂਦਾ ਕਿ ਸਭ ਕੁਝ ਕਿਸੇ ਦੀ ਹਿੰਮਤ ਤੇ ਮਿਹਨਤ ਨਾਲ ਹੋ ਰਿਹਾ ਐ ਕਿ ਉਹਦਾ ਉਹਨਾਂ ਨੂੰ ਧੰਨਵਾਦੀ ਹੋਣਾ ਚਾਹੀਦਾ ਹੈ ਚੀਨ ਦਾ ਹੀ ਕਹਾਣਾ ਐ ਆਦਮੀ ਰਲ ਕੇ ਇੱਕ ਕੈਂਪ ਤਾਂ ਲਗਾ ਸਕਿਆ ਪਰ ਘਰ ਨੂੰ ਔਰਤ ਹੀ ਬਣਾਉਂਦੀ ਐ 100 men together can make a camp but it requires a woman to make a... ਅਮ ਅ ਚਾਈਨੈਸ ਪ੍ਰੋਵਬ ਸ਼ਿਲੰਗਾ ਬਾਰੇ ਅਮਰੀਕਾ ਦੇ ਪ੍ਰਸਿੱਧ ਲਿਖਾਰੀ ਡੇਲ ਕਾਰਨੇਗੀ ਨੇ ਆਪਣੀ ਕਿਤਾਬ ਵਿੱਚ ਇੱਕ ਬਹੁਤ ਸੋਹਣੀ ਕਹਾਣੀ ਲਿਖੀ ਹੈ ਉਹ ਅਸੀਂ ਛੇਟ ਦਿੰਨੇ ਆ ਇੱਕ ਤੀਵੀਂ ਦਾ ਆਪਣੇ ਬੱਚਿਆਂ ਤੇ ਪਤੀ ਨਾਲ ਬਹੁਤ ਪਿਆਰ ਸੀ ਹਰ ਰੋਜ਼ ਉਹਨਾਂ ਨੂੰ ਵਨਸਵੰਨੀਆਂ ਮਜ਼ੇਦਾਰ ਸਬਜ਼ੀਆਂ ਚੀਜ਼ਾਂ ਬਣਾ ਕੇ ਖਵਾਉਂਦੀ ਸੀ 20 ਸਾਲ ਤੱਕ ਉਹ ਇੰਜ ਹੀ ਬੜੇ ਪਿਆਰ ਤੇ ਸ਼ੌਕ ਨਾਲ ਕਰਦੀ ਰਹੀ ਇੱਕ ਦਿਨ ਉਹਨੇ ਖਾਲੀ ਪਲੇਟਾਂ ਖਾਣੇ ਦੀ ਮੇਜ਼ ਤੇ ਲਾ ਦਿੱਤੀ ਇਨਾਂ ਅੱਜ ਥੋੜਾ ਥੋੜਾ ਘਾਹ ਪਾ ਕੇ ਉਤੋਂ ਕੱਪੜੇ ਨਾਲ ਟੱਕ ਦਿੱਤਾ। ਜਦੋਂ ਦਾ ਪਤੀ ਬੱਚੇ ਘਰ ਆਏ ਤਾਂ ਉਹਨੇ ਖਾਣੇ ਦੀ ਮੇਜ਼ ਵੱਲ ਇਸ਼ਾਰਾ ਕੀਤਾ। ਜਦੋਂ ਬੱਚਿਆਂ ਨੇ ਪਲੇਟਾਂ ਤੋਂ ਕੱਪੜਾ ਚੁੱਕਿਆ ਉਥੇ ਘਾਹ ਪਿਆ ਵੇਖ ਕੇ ਬਹੁਤ ਹੀ ਹੈਰਾਨ ਹੋਏ ਤੇ ਸਾਰੇ ਬੜੇ ਕਰੋਧ ਚ ਆ ਕੇ ਆਖਣ ਲੱਗੇ। "ਮਾਂ ਅੱਜ ਤੂੰ ਇਹ ਕੀ ਕੀਤਾ? ਇੱਥੇ ਤਾਂ ਕੇਵਲ ਘਾਹ ਹੀ ਪਿਆ ਹੈ। ਕੀ ਤੁਹਾਨੂੰ ਘਾਹ ਦੀ ਪਛਾਣ ਹੈ? ਮੈਂ ਤਾਂ ਸਮਝਦੀ ਸੀ ਕਿ ਤੁਹਾਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਤੇ ਕਿਸੇ ਚੀਜ਼ ਦੀ ਪਛਾਣ ਨਹੀਂ ਪਰ ਮਾਲੂਮ ਹੁੰਦਾ ਹੈ ਤੁਹਾਨੂੰ ਹਰ ਚੀਜ਼ ਦੀ ਪਛਾਣ ਹੈ।" ਮੈਂ 20 ਸਾਲ ਤੋਂ ਤੁਹਾਨੂੰ ਸੋਹਣੇ ਸੋਹਣੇ ਖਾਣੇ ਬਣਾ ਕੇ ਖਵਾ ਰਹੀ ਹਾਂ ਅੱਗੇ ਤੁਸੀਂ ਕਦੇ ਕਿਉਂ ਨਹੀਂ ਕਿਹਾ ਕਿ ਮਾਤਾ ਜੀ ਤੁਸੀਂ ਖਾਣਾ ਬੜਾ ਸੋਹਣਾ ਤੇ ਸਵਾਦੀ ਬਣਾਉਂਦੇ ਹੋ ਭੈੜੇ ਖਾਣੇ ਦੀ ਤੁਸਾਂ ਛੱਟ ਪਛਾਣ ਕਰ ਲਈ ਐ ਤੇ ਕ੍ਰੋਧ ਵਿੱਚ ਵੀ ਆ ਗਏ ਉਹਨਾਂ ਦੀ ਮਾਤਾ ਨੇ ਅੱਗੋਂ ਉੱਤਰ ਦਿੱਤਾ ਉਹਦੇ ਪਤੀ ਤੇ ਬੱਚਿਆਂ ਨੇ ਆਪਣੀ ਗਲਤੀ ਨੂੰ ਅਨੁਭਵ ਕੀਤਾ ਤੇ ਆਖਿਆ ਕਿ ਅਸੀਂ ਸੱਚਮੁੱਚ ਬਹੁਤ ਹੀ ਨਾ ਸ਼ੁਕਰੇ ਹਾਂ ਤੁਸੀਂ 20 ਸਾਲ ਤੋਂ ਸਾਨੂੰ ਚੰਗੇ ਖਾਣੇ ਖਵਾ ਰਹੇ ਹੋ ਪਰ ਇਹਦੇ ਲਈ ਅਸੀਂ ਤੁਹਾਡਾ ਕਦੇ ਧੰਨਵਾਦ ਨਹੀਂ ਕੀਤਾ ਨਾ ਹੀ ਸ਼ਲਾਘਾ ਕੀਤੀ ਜੇ ਆਦਮੀ ਆਪਣੀ ਘਰਵਾਲੀ ਦੇ ਕੰਮ ਕਾਰਬਾਰੇ ਹਰ ਰੋਜ਼ ਦੋ ਚਾਰ ਛਲਾਗਾ ਪਰੇਸ਼ਾਬਦ ਕਹਿੰਦਾ ਰਹੇ ਤਾਂ ਘਰਵਾਲੀ ਅੱਗੇ ਨਾਲੋਂ ਕੰਮ ਵੀ ਦੁਣਾ ਕਰੇ ਸਦਾ ਰੋਗ ਤੇ ਪਰਸੰਨ ਵੀ ਰਹੇ ਜਿਹੜੀਆਂ ਤੀਵੀਆਂ ਕੰਮ ਕਾਰ ਕਰਦੀਆਂ ਝਾਟੀ ਥੱਕ ਜਾਂਦੀਆਂ ਉਹਨਾਂ ਦੀ ਥਕਾਫਟ ਦਾ ਕਾਰਨ ਉਹਨਾਂ ਦੇ ਕੰਮ ਤੇ ਮਿਹਨਤ ਦੀ ਬੇਕਦਰੀ ਹੈ ਕਿ ਮਰਦ ਤੇ ਕੀ ਤੀਵੀ ਜੇ ਕੰਮ ਕਰਨ ਵਾਲੇ ਦੇ ਕੰਮ ਦੀ ਛਲਾਗਾ ਹੁੰਦੀ ਰਹੇ ਤਾਂ ਕੰਮ ਕਰਦਾ ਕਦੇ ਨਹੀਂ ਥੱਕਦਾ ਬੁੱਢਿਆਂ ਨੂੰ ਵੀ ਛਲਾਗਾ ਦੀ ਲੋੜ ਹੈ ਇਸੇ ਤਰ੍ਹਾਂ ਬੁਢਾਪੇ ਵਿੱਚ ਵੀ ਹਰ ਮਨੁੱਖ ਆਪਣੀ ਕਦਰ ਤੇ ਸ਼ਲਾਘਾ ਚਾਹੁੰਦਾ ਹੈ ਉਹ ਚਾਹੁੰਦਾ ਹੈ ਕਿ ਜੋ ਕੁਝ ਉਹਨੇ ساری ਉਮਰ ਚ ਮਿਹਨਤ ਨਾਲ ਬਣਾਇਆ ਸਵਾਰਿਆ ਉਹਦੀ ਮਨੌਤ ਤੇ ਕਦਰ ਹੋਵੇ ਉਹ ਇਹ ਗੱਲ ਪਸੰਦ ਨਹੀਂ ਕਰਦਾ ਕਿ ਲੋਕ ਖਾਸ ਕਰਕੇ ਉਹਦੇ ਆਪਣੇ ਪਰਿਵਾਰ ਵਾਲੇ ਇਹ ਆਖਣ ਵੀ ਇਸ ਬੁੱਢੇ ਨੇ ਤਾਂ ਆਪਣੀ ساری ਉਮਰ ਹੀ ਐਵੇਂ ਗੁਆਈ ਹੈ ਅਜੇ ਇਹ ਬੋਲ ਉਹਦੇ ਮਨ ਨੂੰ ਇੱਕ ਵੱਡੀ ਸੱਟ ਮਾਰਦੇ ਹੈ ਇਸ ਨਾਲ ਬੁੱਢੇ ਦਾ ਦਿਲ ਟੁੱਟ ਜਾਂਦਾ ਹੈ ਉਹਦੇ ਅੰਦਰੋਂ ਨਿਰਾਸ਼ਾ ਦੀਆਂ ਭੈੜੀਆਂ ਤਰੰਗਾਂ ਨਿਕਲਣ ਲੱਗ ਪੈਂਦੀਆਂ ਹਨ ਇਹਨਾਂ ਦੇ ਕਾਰਨ ਉਹ ਬਿਮਾਰ ਹੋ ਜਾਂਦੇ ਆਪਣੇ ਬੱਚੇ ਦੀ ਸ਼ਲਾਘਾ ਵੀ ਜ਼ਰੂਰ ਕਰੋ ਪਰ ਉਹਨੂੰ ਵਿਗਾੜੋ ਨਾ ਜਿਵੇਂ ਬੱਚੇ ਨੂੰ ਪਿਆਰ ਕਰਨਾ ਜ਼ਰੂਰੀ ਹੈ ਤਵੇਂ ਉਹਦੀ ਸ਼ਲਾਘਾ ਕਰਨਾ ਵੀ ਸਾਡੇ ਲਈ ਬਹੁਤ ਜ਼ਰੂਰੀ ਹੈ ਬੱਚਾ ਵੀ ਚਾਹੁੰਦਾ ਹੈ ਕਿ ਲੋਕੋ ਦੇ ਕੰਮਾਂ ਦੀ ਸ਼ਲਾਘਾ ਕਰਨ ਪਰ ਇਸ ਬਾਰੇ ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਉਹਦੀ ਇੰਨੀ ਜ਼ਿਆਦਾ ਤਾਰੀਫ਼ ਨਾ ਕਰੀਏ ਜਿਸ ਨਾਲ ਕਿ ਉਹ ਪੁਕਾਨੇ ਵਾਂਗੂ ਫੁੱਲ ਜਾਏ ਤੇ ਗਾਂ ਲੇ ਕਮੋਕਾਰੋਂ ਵੀ ਜਾਏ ਬੱਚੇ ਦੀ ਸ਼ਲਾਗਾ ਕਿਸੇ ਹੱਦ ਦੇ ਅੰਦਰ ਰਹਿ ਕੇ ਕਰਨੀ ਚਾਹੀਦੀ ਹੈ ਨਹੀਂ ਤਾਂ ਉਹ ਵਿਗੜ ਜਾਂਦਾ ਹੈ ਇੱਕ ਜ਼ਰੂਰੀ ਯਾਦ ਰੱਖਣ ਵਾਲੀ ਗੱਲ ਲਾਇਕ ਤੇ ਹੋਂ ਹਰ ਬੱਚੇ ਦੀ ਸ਼ਲਾਗਾ ਤਾਂ ਅਸੀਂ ਆਪਣੇ ਆਪ ਹੀ ਕਰਦੇ ਰਹਿੰਦੇ ਹਾਂ ਪਰ ਜਿਹੜਾ ਬੱਚਾ ਮਾੜਾ ਹੋਵੇ ਜਾਂ ਬਹੁਤਾ ਹੋਂ ਹਰ ਨਾ ਹੋਵੇ ਉਹਦੀ ਸ਼ਲਾਗਾ ਅਸੀਂ ਨਹੀਂ ਕਰਦੇ ਉਸ ਬੱਚੇ ਦੀ ਇਹ ਖਾਸ਼ ਹੁੰਦੀ ਹੈ ਕਿ ਲੋਕ ਉਹਦੀ ਵੀ ਤਾਰੀਫ਼ ਕਰਨ ਉਹਦੀ ਇਹ ਖਾਹਿਸ਼ ਤੇ ਇੱਕ ਕੁਦਰਤੀ ਖਾਹਿਸ਼ ਹੈ ਉੱਚਾ ਹੁੰਦਾ ਦੂਜੇ ਭੈਣ ਭਰਾਵਾਂ ਵਾਂਗੂ ਉਹਦੀ ਵੀ ਛਲਾਗਾ ਹੋਵੇ ਪਰ ਆਮ ਤੌਰ ਤੇ ਕੋਈ ਟੁੱਟੇ ਫੁੱਟੇ ਸ਼ਬਦਾਂ ਨਾਲ ਵੀ ਉਹਦੀ ਛਲਾਗਾ ਨਹੀਂ ਕਰਦਾ ਇਸ ਦਾ ਨਤੀਜਾ ਬਹੁਤ ਭਿਆਨਕ ਹੁੰਦਾ ਹੈ ਅਜਿਹਾ ਬੱਚਾ ਆਪਣੇ ਦੂਜੇ ਭੈਣ ਭਰਾਵਾਂ ਨਾਲੋਂ ਪਿੱਛੇ ਰਹਿ ਜਾਂਦਾ ਹੈ ਬੜਾ ਮਾਇੂਸ ਤੇ ਬੇਚੈਨ ਹੋ ਜਾਂਦਾ ਹੈ ਉਹਦਾ ਸਵੈਮਾਨ ਖਤਮ ਹੋ ਜਾਂਦਾ ਹੈ ਤੇ ਉਹ ਟੈਂਦੀ ਕਲਾ ਚ ਚਲਾ ਜਾਂਦਾ ਫਿਰ ਸਾਰੀ ਉਮਰ ਉਸ ਨੂੰ ਸਵੈਮਾਨ ਨਹੀਂ ਆਉਂਦਾ ਕਈ ਵਾਰ ਇੰਜ ਵੀ ਹੁੰਦਾ ਹੈ ਕਿ ਅਜਿਹਾ ਬੱਚਾ ਲੋਕਾਂ ਦਾ ਧਿਆਨ ਆਪਣੇ ਵੱਲੋਂ ਖਿੱਚਣ ਲਈ ਤੇ ਆਪਣੀ ਮਨੋਤ ਕਰਾਉਣ ਲਈ ਕਿਸੇ ਭੈੜੇ ਰਸਤੇ ਪੈ ਜਾਂਦਾ ਹੈ ਉਹ ਭੈੜੇ ਕੰਮਾਂ ਚੋਰੀ ਯਾਰੀ ਠੱਗੀ ਆਦਰਾਹੀ ਸ਼ੁਰਤ ਹਾਸਲ ਕਰਨ ਦੀ ਕੋਸ਼ਿਸ਼ ਕਰਦਾ ਪਰ ਇਹ ਕੰਮ ਉਹ ਕਿਉਂ ਕਰਦਾ ਕਿਉਂਕਿ ਚੰਗੇ ਕੰਮਾਂ 'ਚ ਉਹਦੀ ਕੁਸ਼ਲਾਗਾ ਨਹੀਂ ਕਰਦਾ ਬੱਚੇ ਦੇ ਮਾਨ ਵਿੱਚ ਦੋ ਚਾਰ ਛਲਾਗਾ ਦੇ ਸ਼ਬਦ ਉਹਨੂੰ ਬਧੇਰੇ ਮਿਹਨਤ ਤੇ ਸ਼ੌਕ ਨਾਲ ਕੰਮ ਕਰਨ ਲਈ ਉਤਸ਼ਾਹ ਤੇ ਖੁਸ਼ੀ ਦਿੰਦੇ ਆਪਣੀ ਪਤਨੀ ਬੱਚਿਆਂ ਆਂਡੀਆਂ ਗਵੰਡੀਆਂ ਤੇ ਮਿੱਤਰਾਂ ਦੀ ਜੀ ਭਰ ਕੇ ਦਾਦ ਦਿਓ ਖੁੱਲੇ ਦਿਲ ਨਾਲ ਰੱਜ ਕੇ ਛਲਾਗਾ ਕਰੋ ਕਾਮਯਾਬੀ ਦਾ ਇੱਕ ਵੱਡਾ ਰਾਜ਼ ਹੈ ਪੰਨਵਾ ਤੁਹਾਡੀ ਪੰਨਵੀਂ ਬੁਨਿਆਦੀ ਲੋੜ ਹੈ ਨਵੇਂ ਤਜਰਬੇ ਕੁਝ ਕੰਮ ਅਜੇ ਹੈ ਜਿਹੜੇ ਕਿ ਸਾਨੂੰ ਹਰ ਰੋਜ਼ ਹੀ ਕਰਨੇ ਪੈਂਦੇ ਹੈ ਘਰ ਦੇ ਖਰਚਾਂ ਵਾਸਤੇ ਪੈਸਾ ਕਮਾਉਣ ਲਈ ਆਦਮੀ ਆਮ ਤੌਰ ਤੇ ਇੱਕੋ ਤਰ੍ਹਾਂ ਦਾ ਕੰਮ ਹੀ ساری ਉਮਰ ਕਰਦਾ ਹੈ ਮਿਸਾਲ ਦੇ ਤੌਰ ਤੇ ਕਲਰਕ ਲਿਖਣ ਪੜਨ ਦਾ ਉਸਤਾਦ ਬੱਚਿਆਂ ਨੂੰ ਪੜਾਉਣ ਦਾ ਡਾਕਟਰ ਬਿਮਾਰਾਂ ਦੇ ਇਲਾਜ ਦਾ ਦੁਕਾਨਦਾਰ ਸੌਦਾ ਵੇਚਣ ਦਾ ਬੈਂਕ ਬਾਬੂ ਹਿਸਾਬ ਕਿਤਾਬ ਦਾ ਧੀਮੀ ਰੋਟੀ ਬਣਾਉਣ ਦਾ ਆਤ ਮਾਨਸਿਕ ਸੁਭਾਅ ਅਨੁਸਾਰ ਆਦਮੀ ਦੀ ਤਬੀਅਤ ਇੱਕੋ ਕੰਮ ਨੂੰ ਘੜੀਮੁੜੀ ਕਰਕੇ ਉਚਾਟ ਹੋ ਜਾਂਦੀ ਹੈ ਉਹ ਕੋਈ ਨਵਾਂ ਕੰਮ ਕਰਨਾ ਚਾਹੁੰਦਾ ਹੈ ਹਰ ਮਨੁੱਖ ਆਪਣੇ ਜੀਵਨ 'ਚ ਕਿਸੇ ਨਾ ਕਿਸੇ ਤਰ੍ਹਾਂ ਦੀ ਤਬਦੀਲੀ ਵੇਖਣਾ ਚਾਹੁੰਦਾ ਹੈ ਇਹ ਤਬਦੀਲੀ ਉਹਦੇ ਕਾਰਵਿਹਾਰ ਰਹਿਣ ਦੀ ਥਾਂ ਜਾਂ ਸੱਜਣਾ ਮਿੱਤਰਾਂ 'ਚ ਹੋ ਸਕਦੀ ਹੈ ਇੱਕੋ ਜਗ੍ਹਾ ਤੇ ਕੋਈ ਤਰ੍ਹਾਂ ਦਾ ਕੰਮ ਕਰਦੇ ਕਰਦੇ ਮਨੁੱਖ ਦਾ ਦਿਲ ਉਕਤਾਜਾ ਜੇ ਉਹਦੇ ਹਰ ਰੋਜ਼ ਦੇ ਜੀਵਨ 'ਚ ਕੋਈ ਅਦਲਾ ਬਦਲੀ ਨਾ ਹੋਵੇ ਤੋਦਾ ਜੀਵਨ ਫਿੱਕਾ ਤੇ ਬੇਸਵਾਦਾ ਹੋ ਜਾਂਦਾ ਹੈ ਕਿਸੇ ਵੇਲੇ ਆਪਣੇ ਨਿਤ ਦੇ ਕੰਮ ਨੂੰ ਛੱਡ ਕੇ ਕਵਿਤਾ ਲਿਖਣਾ ਤਸਵੀਰ ਬਣਾਉਣਾ ਗੱਪਸ਼ਪ ਮਾਰਨਾ ਤਬੀਅਤ ਨੂੰ ਠੀਕ ਤੇ ਤਾਜ਼ਾ ਕਰ ਦਿੰਦਾ ਹੈ ਤੇ ਜੀਵਨ ਚ ਰਸ ਲੈ ਆਉਂਦਾ ਹੈ ਇਸ ਬਾਰੇ ਨੈਪੋਲੀਅਨ ਹਿਲ ਆਪਣੀ ਜਗਤ ਪ੍ਰਸਿੱਧ ਕਿਤਾਬ ਵਿੱਚ ਲਿਖਦੇ ਹੈ ਕਿਤਾਬ ਦਾ ਨਾਮ ਹੈ ਦ ਲਾਅ ਆਫ ਸਕਸੈਸ ਹਰ ਇਨਸਾਨ ਨੂੰ ਆਪਣੇ ਦਿਮਾਗੀ ਵਾਤਾਵਰਨ ਚ ਅਦਲਾ ਬਦਲੀ ਕਰਨ ਦੀ ਲੋੜ ਹੈ ਜਿਵੇਂ ਕਿ ਉਹ ਕੱਪੜਿਆਂ ਨੂੰ ਖਾਣ ਪੀਣ ਦੀਆਂ ਚੀਜ਼ਾਂ 'ਚ ਵੀ ਅਦਲਾ ਬਦਲੀ ਕਰਦਾ ਹੈ ਜਦ ਮਨ ਨੂੰ ਆਪਣੇ ਹਰ ਰੋਜ਼ ਦੇ ਵਾਤਾਵਰਨ ਤੋਂ ਬਾਹਰੋਂ ਨਵੇਂ ਵਿਚਾਰ ਤੇ ਨਵੇਂ ਦ੍ਰਿਸ਼ ਮਿਲਦੇ ਹੈ ਤਾਂ ਉਹ ਵਿਦੇ ਰਚੁਸਤ ਹੋ ਜਾਂਦਾ ਹੈ ਤੇ ਵਿਦੇ ਰੀ ਸ਼ੌਕ ਤੇ ਹਿੰਮਤ ਨਾਲ ਕੰਮ ਕਰਨ ਲਈ ਤਿਆਰ ਹੋ ਜਾਂਦਾ 6ਵੀਂ ਤੁਹਾਡੀ 6ਵੀਂ ਬੁਨਿਆਦੀ ਲੋੜ ਹੈ ਸਵੈ ਮਾਨ ਹਰ ਆਦਮੀ ਆਪਣੇ ਆਪ ਨੂੰ ਇੱਕ ਖਾਸ ਕਿਸਮ ਦਾ ਤੇ ਦੂਜਿਆਂ ਨਾਲੋਂ ਅਨੋਖਾ ਸਮਝੇ ਉਹ ਚਾਹੁੰਦਾ ਹੈ ਕਿ ਦੂਜੇ ਲੋਕ ਵੀ ਉਹਨੂੰ ਇਸੇ ਦ੍ਰਿਸ਼ਟੀਕੋਣ ਨਾਲ ਵੇਖਣ ਪਰ ਜਦ ਲੋਕ ਉਹਦਾ ਮਾਨ ਨਹੀਂ ਕਰਦੇ ਤਾਂ ਉਹਨੂੰ ਕ્રોਧ ਆ ਜਾਂਦਾ ਹੈ ਕਿਉਂਕਿ ਉਹਦੀ ਸਵੈਮਾਨ ਨੂੰ ਛੱਟ ਵੱਜਦੀ ਹੈ ਹਰ ਮਨੁੱਖ ਚਾਹੁੰਦਾ ਹੈ ਦੁਨੀਆ ਉਹਦੀ ਉਪਮਾ ਕਰੇ ਕੋਈ ਆਪਣੇ ਸਰੀਰਕ ਬਲ ਨਾਲ ਦੁਨੀਆ ਨੂੰ ਹੈਰਾਨ ਕਰਨਾ ਚਾਹੁੰਦਾ ਹੈ ਕੋਈ ਚਾਹੁੰਦਾ ਹੈ ਕਿ ਉਹਦੀ ਸੁੰਦਰਤਾ ਦੀ ਉਪਮਾ ਹੋਵੇ ਕੋਈ ਚਾਹੁੰਦਾ ਹੈ ਦੁਨੀਆ ਉਹਦੀਆਂ ਨਵੀਆਂ-ਨਵੀਆਂ ਕਾਢਾਂ ਨੂੰ ਵੇਖ ਕੇ 당ਗ ਰਹਿ ਜਾਏ ਤੇ ਕੋਈ ਚਾਹੁੰਦਾ ਹੈ ਕਿ ਦੁਨੀਆ ਉਹਦੀ ਸਿਆਣਪ ਦਾ ਦੀਵਾ ਵਾ ਕਰੇ ਇਨਨ ਸਬਦਾ ਬੁਨਿਆਦੀ ਸੂਲੇ ਹੈ ਕਿ ਹਰ ਮਨੁੱਖ ਆਪਣੀ ਮਹਾਨਤਾ ਚਾਹੁੰਦਾ ਹੈ ਤੇ ਜੇ ਉਹਦੀ ਇਹ ਬੁਨਿਆਦੀ ਲੋੜ ਪੂਰੀ ਨਾ ਹੋਵੇ ਤਾਂ ਉਹਦਾ ਦਿਲ ਟੁੱਟ ਜਾਂਦਾ ਹੈ ਤੇ ਉਸ ਵਿੱਚ ਘਟਿਆਪਣ ਦਾ ਅਹਿਸਾਸ ਇਨਫੀਰੀਅਰਿਟੀ ਕੰਪਲੈਕਸ ਆ ਜਾਂਦਾ ਹੈ ਦੁਨੀਆ ਦਾ ਹਰ ਆਦਮੀ ਸੈਲਫ ਐਸਟੀਮ ਮਤਲਬ ਸਵੈਮਾਨ ਦਾ ਭੁੱਖਾ ਹੈ ਸਿਆਣੀ ਤੋਂ ਸਿਆਣਾ ਆਦਮੀ ਵੀ ਸਵੈਮਾਨ ਤੇ ਛਲਾਗਾ ਦੀ ਆਸ ਰੱਖਦਾ ਤੇ ਮੰਗ ਕਰਦਾ ਹੈ ਮਨੁੱਖ ਦੀ ਇਹ ਭੁੱਖ ਇੱਕ ਕੁਦਰਤੀ ਭੁੱਖ ਹੈ ਹਰ ਇੱਕ ਨੂੰ ਸਵੈ ਮਾਨ ਬਹੁਤ ਪਿਆਰਾ ਹੈ ਅਤੇ ਉਹ ਇਹਨੂੰ ਕਾਇਮ ਰੱਖਣ ਲਈ ਹਰ ਤਰ੍ਹਾਂ ਦਾ ਯਤਨ ਕਰਦਾ ਹੈ ਜੇ ਉਹਦੇ ਸਵੈ ਮਾਨ ਨੂੰ ਕੋਈ ਛੱਟ ਮਾਰੇ ਤਾਂ ਆਪਣੇ ਆਪ ਤੋਂ ਬਾਹਰ ਹੋ ਜਾਂਦਾ ਹੈ ਬੱਚਿਆਂ ਬੁੱਢਿਆਂ ਤੇ ਤੀਵੀਆਂ ਸਭ ਨੂੰ ਸਵੈ ਮਾਨ ਪਿਆਰਾ ਹੈ ਬੱਚੇ ਉੱਤੇ ਬਹੁਤੀ ਤੇ ਗੈਰ ਜ਼ਰੂਰੀ ਨੁਕਤਾ ਚੀਨੀ ਉਹਦੇ ਸਵੈ ਮਾਨ ਨੂੰ ਛੱਟ ਮਾਰਦੀ ਹੈ ਤੇ ਫਿਰ ਉਹ ਇਹਦੇ ਖਿਲਾਫ ਕਿਸੇ ਨਾ ਕਿਸੇ ਢੰਗ ਨਾਲ ਗਰੋਸ ਪ੍ਰਗਟ ਕਰਦਾ ਹੈ ਬੁੱਢਿਆਂ ਚ ਚਿੰਤਾ ਰੋਗ ਦਾ ਇੱਕ ਕਾਰਨ ਉਨਾ ਦੇ ਸਵੈ ਮਾਨ ਦੀ ਬੱਚਿਆਂ ਵੱਲੋਂ ਬੇਕਦਰੀ ਹੈ। ਇਸੇ ਹੀ ਤਰ੍ਹਾਂ ਧੀ ਵੀ ਨੂੰ ਆਪਣੇ ਸਵੈ ਮਾਨ ਨਾਲ ਬੜਾ ਪਿਆਰ ਹੁੰਦਾ ਹੈ। ਜਿਹੜੇ ਆਦਮੀ ਧੀਵੀਆਂ ਦੇ ਸਵੈ ਮਾਨ ਦੀ ਕਦਰ ਨਹੀਂ ਕਰਦੇ ਉਹਨਾਂ ਦੀਆਂ ਘਰਵਾਲੀਆਂ ਸਹਿਜੇ ਚਿੰਤਾ ਰੋਗ ਦਾ ਸ਼ਿਕਾਰ ਹੋ ਜਾਂਦੀ ਹੈ। ਮਿਸਾਲ ਦੇ ਤੌਰ ਤੇ ਇੱਕ ਧੀ ਨੂੰ ਆਪਣੇ ਸਿਲਾਈ ਦੇ ਕੰਮ ਤੇ ਬੜਾ ਮਾਣ ਹੈ ਪਰ ਉਹਦਾ ਪਤੀ ਇਸ ਵਿੱਚ ਸੋਹ ਤਰ੍ਹਾਂ ਦੇ ਨੁਕਸ ਕੱਢ ਕੇ ਉਹਦੇ ਸਵੈ ਮਾਨ ਨੂੰ ਤੋੜ ਦਿੰਦਾ ਹੈ। ਇਹਦਾ ਨਤੀਜਾ ਇਹ ਨਿਕਲੇਗਾ ਕਿ ਜਾਂ ਤਾਂ ਉਹ ਪਤੀ ਨਾਲ ਗੁੱਸੇ ਹੋ ਜਾਏਗੀ ਤੇ ਉਹ ਦੇ ਖਿਲਾਫ ਰੋਸ ਪ੍ਰਗਟ ਕਰੇਗੀ ਜਾਂ ਨਿੰਮੋ ਚੁਣੀ ਹੋ ਕੇ ਚੁੱਪ ਹੋ ਜਾਏਗੀ ਇਸ ਨਾਲ ਉਹਦਾ ਦਿਲ ਟੁੱਟ ਜਾਏਗਾ ਤੇ ਜਲਦੀ ਚਿੰਤਾ ਰੋਗ ਦਾ ਸ਼ਿਕਾਰ ਹੋ ਜਾਏਗੀ ਕਈ ਆਦਮੀ ਆਪਣੀ ਘਰਵਾਲੀ ਉੱਤੇ ਬੱਚਿਆਂ ਤੇ ਦੂਸਰੇ ਲੋਕਾਂ ਦੇ ਸਾਹਮਣੇ ਨੁਕਤਾ ਚੀਨੀ ਕਰਨ ਲੱਗ ਜਾਂਦੇ ਆ ਇਸ ਤਰ੍ਹਾਂ ਉਹਦੇ ਸਵੈ ਮਾਨ ਨੂੰ ਇੱਕ ਡਾਡੀ ਸੱਟ ਮਾਰਦੇ ਆ ਇਹ ਗੱਲ ਠੀਕ ਨਹੀਂ ਇੱਕ ਬੜੀ ਭੈੜੀ ਆਦਤ ਹੈ ਮਰਦਾਂ ਦਾ ਅਜਿਹਾ ਵਤੀਰਾ ਬਹੁਤ ਸਾਰੀਆਂ ਤੀਵੀਆਂ ਦੇ ਬਿਮਾਰ ਹੋਣ ਦਾ ਇੱਕ ਕਾਰਨ ਹੈ ਹੁਣ ਤੁਸੀਂ ਆਪਣੇ ਮਨ ਕੋਲੋਂ ਇਹ ਪੁੱਛੋ ਕਿ ਤੁਸੀਂ ਕਿੰਨੇ ਵਾਰ ਆਪਣੀ ਪਤਨੀ ਦਾ ਸਵੈਮਾਨ ਤੋੜਿਆ ਹੈ ਸਾਨੂੰ ਪਤਾ ਹੈ ਕਿ ਤੁਸੀਂ ਇਹਨੂੰ ਕਈ ਵਾਰੀ ਤੋੜਿਆ ਪਰ ਜੇ ਤੁਸੀਂ ਘਰ 'ਚ ਸ਼ਾਂਤੀ ਤੇ ਸੁੱਖ ਚਾਹੁੰਦੇ ਹੋ ਇਹ ਵੀ ਚਾਹੁੰਦੇ ਹੋ ਕਿ ਤੁਹਾਡੀ ਪਤਨੀ ਚਿੰਤਾ ਰੋਗ ਦਾ ਸ਼ਿਕਾਰ ਨਾ ਬਣੇ ਤਾਂ ਉਹਦਾ ਸਵੈਮਾਨ ਨੂੰ ਕਦੇ ਨਾ ਤੋੜੋ ਕਿਸੇ ਦੇ ਸਵੈਮਾਨ ਨੂੰ ਕਾਇਮ ਰੱਖਣ ਦਾ ਇੱਕ ਹੀ ਤਰੀਕਾ ਹੈ ਕੇਵਲ ਇੱਕੋ ਹੀ ਉਹਦੇ ਹਰ ਕੰਮ ਦੀ ਖੁੱਲੇ ਦਿਲ ਨਾਲ ਰੱਜਵੀਂ ਸ਼ਲਾਘਾ ਕਰੋ ਇਸ ਲਈ ਜੇ ਤੁਸੀਂ ਆਪਣੇ ਪਰਿਵਾਰ ਰਿਸ਼ਤੇਦਾਰਾਂ ਆਂਢੀਆਂ ਗੁਆਂਢੀਆਂ ਤੇ ਸੱਜਣਾ ਮਿੱਤਰਾਂ ਦੇ ਸਵੈਮਾਨ ਨੂੰ ਕਾਇਮ ਰੱਖਣਾ ਚਾਹੁੰਦੇ ਹੋ ਤਾਂ ਉਹਨਾਂ ਦੀ ਕਦਰ ਤੇ ਸ਼ਲਾਘਾ ਕਰੋ ਅਸੀਂ ਤੁਹਾਨੂੰ ਯਕੀਨ ਦਿਵਾਉਂਦੇ ਹਾਂ ਕਿ ਇੰਜ ਕਰਨ ਨਾਲ ਤੁਸੀਂ ਬਹੁਤ ਸਾਰੇ ਚੰਗੇ ਤੇ ਲਾਭਦਾਇਕ ਮਿੱਤਰ ਬਣਾਉਣ 'ਚ ਕਾਮਯਾਬ ਹੋਵੋਗੇ ਇਹ ਵੀ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਬਹੁਤ ਸਾਰੇ ਲੋਕ ਤੁਹਾਨੂੰ ਆਪਣਾ ਮਿੱਤਰ ਬਣਾਉਣ ਲਈ ਆਪ ਹੀ ਯਤਨ ਕਰਨ ਤੇ ਖੁਸ਼ੀ ਪ੍ਰਗਟ ਕਰਨਗੇ ਜੇ ਕਿਸੇ ਮਨੁੱਖ ਤੇ ਸਵੈ ਮਾਨ ਨੂੰ ਬਾਰ-ਬਾਰ ਛੱਟ ਵਜਦੀ ਰਹੇ ਉਹਦੇ ਅੰਦਰ ਉਸਦਾ ਭੜੀਆਂ ਤਰੰਗਾ ਨਿਕਲਦੀਆਂ ਹਨ ਤੇ ਉਹ ਕਿਸੇ ਨਾ ਕਿਸੇ ਮਾਨਸਿਕ ਰੋਗ ਦਾ ਸ਼ਿਕਾਰ ਹੋ ਜਾਂਦਾ ਹੈ ਸਵੈ ਮਾਨ ਦੇ ਸਬੰਧ ਚ ਇਹ ਗੱਲ ਬੜੀ ਧਿਆਨਯੋਗ ਹੈ ਕਿ ਸਵੈ ਮਾਨ ਨੂੰ ਇੱਕ ਹੱਦ ਦੇ ਅੰਦਰ ਰੱਖਣਾ ਜ਼ਰੂਰੀ ਹੈ ਜੇ ਹੱਦ ਤੋਂ ਵੱਧ ਜਾਏ ਤਾਂ ਫਿਰ ਇੱਕ ਐਬ ਬਣ ਜਾਂਦਾ ਹੈ ਜੀਵਨ ਨੂੰ ਦੁਖਦਾਈ ਬਣਾ ਦਿੰਦਾ ਹੈ ਇਸ ਤੋਂ ਸਾਡਾ ਸੰਖੇਪ ਪਾਵੇ ਹੈ ਕਿ ਜੇ ਸਵੈ ਮਾਨ ਇੱਕ ਹੱਦ ਚ ਰਹੇ ਫਿਰ ਇੱਕ ਮਾਣ ਤੇ ਗੁਣ ਹੈ ਪਰ ਜੇ ਹੱਦੋਂ ਟੱਪ ਜਾਏ ਤਾਂ ਹੰਕਾਰ ਤੇ ਔਗੁਣ ਬਣ ਜਾਂਦਾ ਹੈ ਤੁਸੀਂ ਆਪਣੀਆਂ ਬੁਨਿਆਦੀ ਲੋੜਾਂ ਕਿਵੇਂ ਪੂਰੀਆਂ ਕਰ ਸਕਦੇ ਹੋ ਪਹਿਲਾ ਜੇ ਤੁਹਾਨੂੰ ਕੋਈ ਪਿਆਰ ਨਹੀਂ ਕਰਦਾ ਤਾਂ ਤੁਸੀਂ ਦੂਸਰਿਆਂ ਨੂੰ ਪਿਆਰ ਕਰੋ ਆਪਣੀਆਂ ਅੰਡੀਆਂ ਗੁਆਂਡੀਆਂ ਮਿੱਤਰਾਂ ਹੋਰ ਵਾਕਫਕਾਰਾਂ ਨਾਲ ਪਿਆਰ ਕਰੋ ਲੋਕਾਂ ਨਾਲ ਇੰਜ ਦਾ ਪਿਆਰ ਕਰੋ ਜਿਸ ਤਰ੍ਹਾਂ ਦਾ ਪਿਆਰ ਤੁਸੀਂ ਉਹਨਾਂ ਪਾਸੋਂ ਲੈਣਾ ਚਾਹੁੰਦੇ ਹੋ ਬਾਈਬਲ 'ਚ ਲਿਖਿਆ ਹੈ ਕਿ ਜਿਸ ਤਰ੍ਹਾਂ ਦਾ ਸਲੂਕ ਤੁਸੀਂ ਲੋਕਾਂ ਪਾਸੋਂ ਕਰਵਾਉਣਾ ਚਾਹੁੰਦੇ ਹੋ ਉਸੇ ਤਰ੍ਹਾਂ ਦਾ ਉਹਨਾਂ ਨਾਲ ਪਿਆਰ ਕਰੋ do unto others as you would have others to unto you ਜੇ ਤੁਸੀਂ ਲੋਕਾਂ ਨੂੰ ਪਿਆਰ ਕਰਦੇ ਹੋ ਪਰ ਉਹ ਫਿਰ ਵੀ ਤੁਹਾਨੂੰ ਪਿਆਰ ਨਹੀਂ ਕਰਦੇ ਸਮਝੋ ਤੁਸੀਂ ਉਹਨਾਂ ਨੂੰ ਦਿਲੋਂ ਪਿਆਰ ਨਹੀਂ ਕੀਤਾ ਦੂਸਰਾ ਜੇ ਤੁਹਾਨੂੰ ਆਪਣੀ ਸੁਰੱਖਿਆ ਦਾ ਡਰ ਹੈ ਤਾਂ ਇਹਦਾ ਸੋਚ ਸਮਝ ਕੇ ਪ੍ਰਬੰਧ ਕਰੋ ਜਦ ਇੱਕ ਵਾਰ ਯੋਗ ਪ੍ਰਬੰਧ ਹੋ ਜਾਏ ਫਿਰ ਇਹਦੀ ਚਿੰਤਾ ਨਾ ਕਰੋ ਜੋ ਪ੍ਰਬੰਧ ਤੁਸੀਂ ਕਰ ਚੁੱਕੇ ਹੋ ਜੇ ਜੋ ਤੋ ਕੋਈ ਹੋਰ ਵਧੇਰੇ ਚੰਗਾ ਪਰੰਧ ਹੈ ਜਾਂ ਨਹੀਂ ਹੋ ਸਕਦਾ ਤੇ ਇਹਦੀ ਵਾਸ ਚਿੰਤਾ ਨਾ ਕਰੋ ਤੀਸਰਾ ਜੇ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੀ ਸ਼ਲਾਘਾ ਤੇ ਕਦਰ ਕਰਨ ਤਾਂ ਤੁਸੀਂ ਉਹਨਾਂ ਦੀ ਸ਼ਲਾਘਾ ਤੇ ਕਦਰ ਖੁੱਲੇ ਦਿਲ ਨਾਲ ਕਰੋ ਚੌਥਾ ਜੇ ਕੋਈ ਤੁਹਾਡੇ ਸਵੈਮਾਨ ਨੂੰ ਸੱਟ ਮਾਰੇ ਤਾਂ ਕ੍ਰੋਧ ਚ ਨਾ ਆਓ ਨਾ ਹੀ ਆਪਣੇ ਮਨ ਦਾ ਚੈਨ ਗਵਾਓ ਅਜੇ ਵੇਲੇ ਵੀ ਆਪਣੇ ਮਨ ਨੂੰ ਸ਼ਾਂਤ ਰੱਖੋ ਆਪਣੇ ਆਪ ਨੂੰ ਦੂਜਿਆਂ ਨਾਲੋਂ ਬਹੁਤਾ ਉੱਚਾ ਜਾਂ ਕੋਈ ਮਹਾਨ ਵਿਅਕਤੀ ਖਿਆਲ ਨਾ ਕਰੋ ਆਪਣੇ ਆਪ ਨੂੰ ਇੱਕ ਸਧਾਰਨ ਮਨੁੱਖ ਵਾਂਗ ਸਮਝੋ ਅਜਿਆ ਕਰਨ ਨਾਲ ਤੁਹਾਡੇ ਸਵੈ ਮਾਣ ਨੂੰ ਬਹੁਤ ਘੱਟ ਟੱਕਾ ਲੱਗੇ ਤੀਸਰੇ ਕਾਂਡ ਦੀਆਂ ਜ਼ਰੂਰੀ ਗੱਲਾਂ ਜਿਹੜੀਆਂ ਯਾਦ ਰੱਖਣ ਵਾਲੀਆਂ ਹਨ ਹਰ ਮਨੁੱਖ ਦੀਆਂ 6 ਮਨੋਵਿਗਿਆਨਕ ਬੁਨਿਆਦੀ ਲੋੜਾਂ ਇਹਨਾਂ 6ਾਂ ਚੋਂ ਜੇ ਕਿਸੇ ਮਨੁੱਖ ਦੀ ਇੱਕ ਲੋੜ ਵੀ ਪੂਰੀ ਨਾ ਹੋਵੇ ਤਾਂ ਬੁਨਿਆਦੀ ਤੌਰ ਤੇ ਗਮਗੀਨ ਤੇ ਬੇਚੈਨ ਰਹਿੰਦਾ ਹੈ ਇਹ 6 ਬੁਨਿਆਦੀ ਲੋੜਾਂ ਹਨ ਪਿਆਰ ਸੁਰੱਖਿਆ ਕੁਝ ਕਰਕੇ ਵਿਖਾਉਣ ਦੀ ਖੁਲ ਇਹ ਪਹਿਲੇ ਭਾਗ 'ਚ ਮਨੋਤ ਤੇ ਛਲਾਗਾ ਨਵੇਂ ਤਜਰਬੇ ਸਵੈਮਾਨ ਇਹ ਦੂਜੇ ਪੱਖ ਚ ਹੈ ਪਰ ਸੰਨ ਤੇ ਸਫਲ ਜੀਵਨ ਲਈ ਇਹਨਾਂ ਛਿਆਂ ਲੋੜਾਂ ਦਾ ਪੂਰਾ ਹੋਣਾ ਜ਼ਰੂਰੀ ਹੈ ਤੁਹਾਡੀਆਂ ਮਨੋਵਿਗਿਆਨਕ ਬੁਨਿਆਦੀ ਲੋੜਾਂ ਇਸ ਤਰ੍ਹਾਂ ਪੂਰੀਆਂ ਹੋ ਸਕਦੀਆਂ ਪਹਿਲਾ ਲੋਕਾਂ ਨੂੰ ਪਿਆਰ ਕਰੋ ਦੂਨੇ ਸੁਰੱਖਿਆ ਦਾ ਗੀਓ ਪ੍ਰਬੰਧ ਕਰੋ ਤੀਸਰਾ ਦੂਜਿਆਂ ਦੀ ਖੁੱਲੇ ਦਿਲ ਨਾਲ ਕਦਰ ਤੇ ਛਲਾਗਾ ਕਰੋ ਚੌਥਾ ਨਵੇਂ ਤਜਰਬਿਆਂ ਲਈ ਬਾਹਰ ਸਹਿਰ ਜਾਓ ਕੋਈ ਸ਼ੁਗਲ ਜ਼ਰੂਰ ਕਰੋ ਤੇ ਪੰਜਵਾਂ ਦੂਜਿਆਂ ਦੇ ਸੇਮਾਨ ਨੂੰ ਤੋੜਨ ਤੋਂ ਪਰਹੇਜ਼ ਕਰੋ ਲੋਕਾਂ ਨਾਲ ਉਸੇ ਤਰ੍ਹਾਂ ਦਾ ਸਲੂਕ ਕਰੋ ਜਿਹੋ ਜਿਹਾ ਤੁਸੀਂ ਚਾਹਦੇ ਹੋ ਕਿ ਉਹ ਤੁਹਾਡੇ ਨਾਲ ਧੰਨਵਾਦ